ਤੋ ਸਿਵੇਖ ਰਹੇ ਹੋ এবੀਪੀ ਸੰਜਾ ਜੋਸ਼ ਜਜ਼ਬਾ ਜਨੂਨ ਸੁਖਪਾਲ ਸਿੰਘ ਖੇਰਾਂ ਨੂੰ ਭਗਵੰਤ ਮਾਨ ਨੇ ਤਾਂ ਖਰੀਆ-ਖਰੀਆ ਸੁਣਾਇਆ ਹੀ ਉਦੋਂ ਖੇਰਾਂ ਨੂੰ ਝਟਕਾ ਵੀ ਲੱਗਾ ਜਦ ਜੈਕिशन ਰੋੜੀ ਬਗੀਤੜਾ ਚਾਟਕੇ ਕੇਜਰੀਵਾਲ ਦੇ ਖੇਮੇ ਚ ਸ਼ਾਮਲ ਹੋ ਗਏ ਜੈਕिशन ਰੋੜੀ ਕਹਿਣ ਲੱਗੇ ਕਿ ਉਹਨਾਂ ਦੀ ਪਹਿਲੀ ਤੇ ਆਖਰੀ ਪਾਰਟੀ ਆਮ ਆਦੀ ਪਾਰਟੀ ਹੈ ਤੇ ਉਹ ਕਦੇ ਬਾਗੀ ਹੋਈ ਹੀ ਨਹੀਂ ਜੈਕिशन ਰੋੜੀ ਨੇ ਕੀ ਕੁਝ ਕਿ ਉਹਨਾਂ ਨਾਲ ਗੱਲਬਾਤ ਕੀਤੀ এবੀਪੀ ਸੰਜਾ ਦੇ ਸੀਨੀਅਰ ਕੋਰਸਪੌਂਡੈਂਟ ਇਮਰਾਨ ਖਾਨ ਨੇ ਸਖਪਾਲ ਖੈਰਾ ਕਹਿੰਦੇ ਨੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਉਮੀਦਵਾਰ ਹੋਣਗੇ ਭਗਵੰਤ ਮਾਨ ਨੂੰ ਛੱਡ ਕੇ ਸਾਰਿਆਂ ਦੀ ਜਮਾਨਤ 압ਤ ਹੋ ਜਾਣਗੀਆਂ ਲੋਕ ਸਭਾ ਚੋਣਾਂ ਚ ਚਲੋ ਭਾਈ ਸ਼ਾਇਦ ਹੋ ਸਕਦਾ ਉਹਨਾਂ ਦੀ ਗੱਲ ਉਹਨਾਂ ਨੂੰ ਪਤਾ ਮੈਂ ਉਹਨਾਂ ਬਾਰੇ ਕੁਝ ਨਹੀਂ ਕਹਿ ਸਕਦਾ ਕਿਤੇ ਹੁਣ ਵੀ ਫਿਰ ਇੱਧਰ ਉੱਧਰ ਦਾ ਤੁਹਾਡਾ ਇਰਾਦਾ ਤਾਂ ਨਹੀਂ ਹੈ ਦੇਖੋ ইমরান ਜੀ ਇੱਕ ਮੈਂ ਗੱਲ ਕਹਿੰਦਾ ਬਾਦਲ ਸਾਹਿਬ ਨੇ ਪਹਿਲੀ ਇਲੈਕਸ਼ਨ ਲੜੀ ਸੀ ਕਾਂਗਰਸ ਪਾਰਟੀ ਤੋਂ ਔਰ 5 ਵਾਰ ਮੁੱਖ ਮੰਤਰੀ ਬਣੇ ਨੇ ਅਕਾਲੀ ਦਲ ਦੇ ਪ੍ਰਧਾਨ ਨੇ ਕੈਪਟਨ ਸਾਹਿਬ ਨੇ ਜਿਹੜੀ ਇਲੈਕਸ਼ਨ ਲੜੀ ਸੀ ਉਹ ਅਕਾਲੀ ਦਲ ਤੋਂ ਲੜੀ ਸੀ ਅੱਜ ਕਾਂਗਰਸ ਦੇ ਮੁੱਖ ਮੰਤਰੀ ਨੇ ਮੇਰੀ ਪਹਿਲੀ ਤੇ ਆਖਰੀ ਪਾਰਟੀ ਆਮਾਦੀ ਪਾਰਟੀ ਹੈ ਮੈਂ ਕਿਸੇ ਪਾਰਟੀ ਛੱਡ ਕੇ ਤਾਂ ਨਹੀਂ ਗਿਆ ਮੈਂ ਤਾਂ ਬੜਾ ਹੈਰਾਨ ਆ ਕਿ ਮੇਰੇ ਤੋਂ ਇਹ ਜਿਹੇ ਪ੍ਰਸ਼ਨ ਕਿਉਂ ਵੀ ਪੁੱਛੇ ਜਾ ਰਹੇ ਆ ਕਿ ਤੁਸੀਂ ਪਾਰਟੀ ਛੱਡ ਗਏ ਨੱਠ ਗਏ ਚਲੇ ਗਏ ਆ ਕਿੱਥੇ ਗਏ ਆ ਪਾਰਟੀ ਦੇ ਵਿੱਚ ਗੱਲ ਹੋਈ ਆ ਪਾਰਟੀ ਦੇ ਕੋਈ ਨੁਕਤਾ ਉਹ ਸਾਨੂੰ ਚੰਗਾ ਨਹੀਂ ਲੱਗਿਆ ਆਪਣੀ ਅਸੀਂ ਮੰਗ ਰੱਖੀ ਹੈ ਕਿ ਇਦਾਂ ਹੋਣਾ ਚਾਹੀਦਾ ਉਹਨਾਂ ਨੇ ਉਸ ਅਨਸਾਰ ਉਹ ਜਿਹੜੀ ਮੰਗ ਪੂਰੀ ਕਰ ਦਿੱਤੀ ਇਹੋ ਕਿਹੜੀ ਗੱਲ ਹੈ ਹੁਣ ਕੱਲ ਨੂੰ ਜੇਕਰ ਹਰਪਾਲ ਚੀਮਾ ਜੀ ਆ ਕੋਈ ਹੋਰ ਗੱਲ ਕਰਦੇ ਨੇ ਜਾਂ ਕੁਲਤਾਰ ਸੰਧਵਾ ਆ ਉਹ ਆਪਣੀ ਗੱਲ ਰੱਖਦੇ ਨੇ ਤੇ ਅਮਰਜੀਤ ਸਿੰਘ ਸੰਦੋਏ ਦੇ ਨਾਲ ਮੈਂ ਖੜ੍ਹ ਜੰਨਾ ਹੁਣ ਤੁਸੀਂ ਕਹੋਗੇ ਕਿ ਹਰਪਾਲ ਚੀਮੇ ਨਾਲ ਕਿਉਂ ਗਿਆ ਕੁਲਤਾਰ ਸਿੰਘ ਹਦਮਨ ਨਾਲ ਹੱਥ ਕਿਉਂ ਮਲਾਇਆ ਅਮਰਜੀਤ ਸਿੰਘ ਰੋਟੀ ਉਹਦੇ ਨਾਲ ਕਿਉਂ ਖਾਧੀ ਇਹ ਕਿਹੜੀਆਂ ਗੱਲਾਂ ਨੇ ਤੁਸੀਂ ਬਾਗੀ ਨਹੀਂ ਹੋਏ ਮਤਲਬ ਨਹੀਂ ਇਹਦਾ ਤੁਹਾਡਾ ਕੀ ਸਵਾਲ ਹੈ ਇਹ ਕੋਈ ਸਵਾਲ ਹੀ ਨਹੀਂ ਬਣਦਾ ਜਿਹੜੇ ਤੁਸੀਂ ਪੁੱਛ ਰਹੇ ਹੋ ਤੁਸੀਂ ਤੁਸੀਂ ਕਦੀ ਬਾਗੀ ਨਹੀਂ ਹੋਏ ਤੁਸੀਂ ਹਮੇਸ਼ਾ ਆਵਾਜ਼ੀ ਪਾਰਟੀ ਦੇ ਨਾਲ ਸੀਗੇ ਬਿਲਕੁਲ ਡਟ ਕੇ ਨਾਲ ਸੀ ਤੁਸੀਂ ਮੇਰੀਆਂ ਪਹਿਲੀ ਪ੍ਰੈਸ ਕਾਨਫਰੰਸ ਦੇਖ ਲਓ ਮੈਂ ਸਪਸ਼ਟ ਤੌਰ ਤੇ ਜਦੋਂ ਖੈਰਤ ਸਾਹਿਬ ਦੇ ਨਾਲ ਪ੍ਰੈਸ ਕਾਨਫਰੰਸ ਕੀਤੀ ਉਹਦੇ ਮੇਰੇ ਮੈਂ ਕਹਿਆ ਸੀ ਕਿ ਅਰਬਿੰਦ ਕੇਜਰੀਵਾਲ ਤੱਕ ਸਾਡੀ ਆਵਾਜ਼ ਨਹੀਂ ਗਈ ਉਹਨਾਂ ਦਾ ਮੈਂ ਅੱਜ ਵੀ ਫੈਨ ਆ ਉਹਨਾਂ ਦੀ ਸੋਚ ਦਾ ਮੈਂ ਫੈਨ ਆ ਔਰ ਮੇਰੀ ਪਹਿਲੀ ਤੇ ਖੀਲਲੀ ਪਾਰਟੀ ਆਮਾ ਦੀ ਪਾਰਟੀ ਹੋਵੇਗੀ ਜੇਕਰ ਸਾਡੇ ਸਾਥੀ ਪਾਰਟੀ ਛੱਡ ਕੇ ਜਾਂਦੇ ਨੇ ਮੈਂ ਇਹਨਾਂ ਦੇ ਨਾਲ ਬਿਲਕੁਲ ਸਹਿਮਤ ਨਹੀਂ ਹੋਵਾਂਗਾ ਤੁਸੀਂ ਦੇਖ ਰਹੇ ਹੋ ਐਬੀਬ ਸੰਜਾ ਜੋਸ਼ ਜਜ਼ਬਾ ਜਨੂਨ